for all updated news. Please subscribe Ava News and ring the bell. ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ 1 ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਜਾਣਾ ਅਤੇ ਹਰ ਵਰਗ ਇਸ ਬਜਟ ਤੋਂ ਆਪਣੇ ਲਈ ਰਾਹਤ ਦੀ ਉਮੀਦ ਕਰ ਰਿਹਾ ਅਤੇ ਉੱਥੇ ਹੀ ਮਾਨਚੈਸਟਰ ਲੁਧਿਆਣਾ ਦੇ ਉਦਯੋਗਪਤੀ ਉਦਯੋਗ ਜਗਤ ਲਈ ਵਿੱਤ ਮੰਤਰੀ ਤੋਂ ਇਸ ਬਜਟ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਦੀ ਮੰਗ ਕਰ ਰਹੇ ਨੇ। ਸੈਨੀ ਫਰੋਮ ਸੈਨੀਟੈਕ ਇੰਜੀਨੀਅਰਸ ਲੁਧਿਆਣਾ। ਮੈਂ ਮਾਈਕਰੋ ਇੰਡਸਟਰੀ ਸੇ ਬਿਲੋਂਗ ਕਰਤਾ ਹੂੰ ਔਰ ਸੀਆਈਸੀਯੂ ਕਾ ਮੈਂਬਰ ਵੀ ਹੂੰ। ਤੋ ਆਪਣਾ ਜੋ ਆਪਣਾ 2018 ਕਾ ਜੋ ਬਜਟ ਲਾਗੂ ਹੋਣੇ ਜਾ ਰਹਾ ਹੈ, ਹਮ ਮੋਦੀ ਸਰਕਾਰ ਸੇ ਜੇਤਲੀ ਸਾਹਿਬ ਸੇ ਇਹ ਰਿਕੁਐਸਟ ਕਰੇਂਗੇ ਕਿ ਇਨਕਮ ਟੈਕਸ ਕੀ ਜੋ ਦਰ ਹੈ ਉਹ ਇੰਡਸਟਰੀ ਮੇ ਜਾਂ ਪ੍ਰਤੀ ਵਿਅਕਤੀ ਪੇ ਉਸਕੋ ਕਮ ਸੇ ਕਮ 50% ਕੀਆ ਜਾਏ, ਕਿਉਂਕਿ ਮੋਦੀ ਜੀ ਨੇ ਕਹਾ ਥਾ ਕਿ ਨੋਟਬੰਦੀ ਕੇ ਬਾਅਦ ਔਰ ਜੀ ਐਸ ਟੀ ਕੇ ਬਾਅਦ ਉਹ ਇੱਕ ਇੰਡਸਟਰੀ ਕੋ ਔਰ ਇੱਕ ਆਮ ਜਨਤਾ ਕੋ ਕੁਛ ਨਾ ਕੁਛ ਲਾਭ ਦੇਂਗੇ। ਤੋ ਹਮੇ ਯਹੀ ਉਮੀਦ ਹੈ ਕਿ ਆਨੇ ਵਾਲੇ ਬਜਟ ਮੇ ਮੋਦੀ ਸਰਕਾਰ ਜ਼ਿਆਦਾ ਸੇ ਜ਼ਿਆਦਾ ਆਮ ਜਨਤਾ ਕੇ ਹਿੱਤ ਮੇ ਇੰਡਸਟਰੀ ਕੇ ਹਿੱਤ ਮੇ ਲਾਭ ਦੇਗੀ। ਜੋ ਆਮ ਬਜਟ ਪੇਸ਼ ਹੋ ਰਿਹਾ ਉਹਦੇ ਬਾਰੇ ਦੇ ਵਿੱਚ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਜੀ ਕਿ ਇਸ ਵਾਰ ਵੱਧ ਤੋਂ ਵੱਧ ਆਮ ਬੰਦੇ ਦਾ ਖਿਆਲ ਰੱਖਿਆ ਜਾਊਗਾ, ਆਮ ਲੋਕਾਂ 'ਤੇ ਬੋਝ ਨਾ ਪਾਉਣ ਵਾਲਾ ਬਜਟ ਤਿਆਰ ਕਰਨਾ ਚਾਹੀਦਾ। ਦੂਜਾ, ਜੋ ਪਿੱਛੇ ਜੀ ਐਸ ਟੀ ਲੱਗਣ ਕਾਰਨ ਵਪਾਰ ਡਿਸਟਰਬ ਹੋਇਆ, ਉਹਨੂੰ ਵਪਾਰ ਨੂੰ ਦੁਬਾਰਾ ਪੈਰਾਸਰ ਕਰਨ ਵਾਸਤੇ ਗੌਰਮੈਂਟ ਨੂੰ ਵੱਧ ਤੋਂ ਵੱਧ ਛੋਟਾਂ ਦੇਣੀਆਂ ਚਾਹੀਦੀਆਂ ਜਿਹਦੇ ਨਾਲ ਦੁਬਾਰਾ ਵਪਾਰੀ ਆਪਦੇ ਪੈਰਾਸਰ ਹੋ ਸਕੇ। ਜਨਹਿਤ ਸਮਿਤੀ ਵੱਲੋਂ ਪਟਿਆਲਾ ਦੇ ਬਾਰਾਂਦਰੀ ਗਾਰਡਨ ਵਿੱਚ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਲੋਕਾਂ ਦੇ ਮੁਫਤ ਮੈਡੀਕਲ ਚੈੱਕਅਪ ਕੀਤੇ ਗਏ। ਇਹ ਇੱਕ ਜਨਹਿਤ ਸੇਵਾ ਸਮਿਤੀ ਉਹ ਕੰਮ ਕਰ ਰਹੀ ਹੈ ਜਿਹੜੇ ਕੰਮ ਹਮੇਸ਼ਾ ਸਰਕਾਰਾਂ ਨੂੰ ਕਰਨੇ ਚਾਹੀਦੇ। ਜੇ ਸਰਕਾਰਾਂ ਕੰਮ ਕਰਨ ਦੇ ਵਿੱਚ ਫੇਲ ਹੁੰਦੀਆਂ ਹਨ ਤਾਂ ਜਿਹੜੇ ਸਮਾਜ ਦੇ ਜ਼ਿੰਮੇਵਾਰ ਵਿਅਕਤੀ ਹਨ ਉਹ ਅੱਗੇ ਆ ਕੇ ਉਸ ਕੰਮ ਨੂੰ ਕਰਦੇ ਹਨ। ਇਹ 100% ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ। ਅਤੇ ਇਸ ਦੇ ਵਿੱਚ ਜਦੋਂ ਕਮੀਆਂ ਹੋਈਆਂ ਤਾਂ ਇਹਨਾਂ ਨੂੰ ਇਹ ਸਟੈਪ ਚੱਕਣਾ ਪਿਆ। ਇਹ ਇੱਕ ਸਾਡੇ ਲਈ ਬੜੇ ਵੱਡੇ ਮਾਰਗਦਰਸ਼ਕ ਹਨ ਅਤੇ ਮੈਂ ਅੱਜ ਇਹਨਾਂ ਨੂੰ ਉਰੇ ਬੇਨਤੀ ਵੀ ਕੀਤੀ ਹੈ ਕਿ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਕੰਮ ਕਰੋ, ਸਾਨੂੰ ਗਾਈਡ ਕਰੋ। ਸਾਡੇ ਕੋਲ ਬਹੁਤ ਜ਼ਿਆਦਾ ਉੱਥੇ ਸੋਰਸ ਹਨ, ਮਹਾਰਾਜ ਅਮਰਿੰਦਰ ਸਿੰਘ ਜੀ ਦਾ ਸ਼ਹਿਰ ਹੈ, ਉਹਨਾਂ ਦਾ ਕਾਰਪੋਰੇਸ਼ਨ ਹੈ, ਕਿਸੇ ਕਿਸਮ ਦੀ ਫੰਡ ਦੀ ਕਿਸੇ ਚੀਜ਼ ਦੀ ਉੱਥੇ ਕਮੀ ਨਹੀਂ ਆਊਗੀ। ਜਦੋਂ ਇਹਨਾਂ ਦੀ ਗਾਈਡੈਂਸ ਸਾਨੂੰ ਮਿਲ ਗਈ ਅਤੇ ਜਿਹੜੇ ਆਲਰੇਡੀ ਮਹਾਰਾਜ ਸਾਹਿਬ ਦਾ ਜਿਹੜਾ ਸ਼ਹਿਰ ਹੈ, ਚੀਫ ਮਿਨਿਸਟਰ ਸਾਡੇ ਸ਼ਹਿਰ ਤੋਂ ਸਾਡੇ MLA ਚੀਫ ਮਿਨਿਸਟਰ ਹਨ, ਤਾਂ ਮੈਨੂੰ ਇਹ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਪਟਿਆਲਾ ਦਾ ਇੱਕ ਇਹੋ ਜਿਹਾ ਸ਼ਹਿਰ ਹੈਗਾ ਜਿੱਥੇ ਕਿਸੇ ਕਿਸਮ ਦੀ ਅਸੀਂ ਕਮੀ ਨਹੀਂ ਆਉਂਦਾ। ਮੈਂ ਮੈਂਬਰ ਅੱਜ ਜਨਹਿਤ ਸਮਿਤੀ ਪਟਿਆਲਾ ਵੱਲੋਂ ਜੋ ਇੱਕ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਜਿਸ ਦੇ ਵਿੱਚ ਇੱਥੇ ਸੈਰ ਕਰਨ ਵਾਲੇ ਤਮਾਮ ਜੋ ਨਾਗਰਿਕ ਨੇ ਉਹ ਚੈੱਕਅਪ ਕਰਾ ਰਹੇ ਨੇ ਔਰ ਜਨਹਿਤ ਸਮਿਤੀ ਵੱਲੋਂ ਰੈਗੂਲਰਲੀ ਇਸ ਕਿਸਮ ਦੇ ਭਾਵੇਂ ਉਹ ਬਲੱਡ ਡੋਨੇਸ਼ਨ ਕੈਂਪਸ ਹੋਣ, ਹੈਲਥ ਚੈੱਕਅਪ ਕੈਂਪਸ ਹੋਣ ਔਰ ਪਟਿਆਲਾ ਨੂੰ ਗ੍ਰੀਨ ਅਤੇ ਕਲੀਨ ਬਣਾਉਣ ਦੇ ਲਈ ਸਾਈਕਲ ਜੋ ਰੈਲੀ ਹੈ, ਮੈਰਾਥਨ ਹੈ, ਹਾਫ ਮੈਰਾਥਨ, ਇਸ ਢੰਗ ਦੇ ਪ੍ਰੋਗਰਾਮ ਜੋ ਔਰਗੇਨਾਈਜ਼ ਕੀਤੇ ਜਾਂਦੇ ਨੇ ਔਰ 18 ਫਰਵਰੀ ਨੂੰ ਸਾਈਕਲ ਰੈਲੀ ਔਰਗੇਨਾਈਜ਼ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਵੇਰੀਅਸ ਜਿਹੜੇ ਪ੍ਰੋਜੈਕਟਸ ਨੇ ਉਹ ਜਨਹਿਤ ਸਮਿਤੀ ਵੱਲੋਂ ਕੀਤੇ ਜਾਂਦੇ ਨੇ ਔਰ ਪਟਿਆਲਾ ਸ਼ਹਿਰ ਦੇ ਵਿੱਚ ਭਾਵੇਂ ਉਹ ਐਂਬੂਲੈਂਸ ਸਰਵਿਸ ਦੀ ਗੱਲ ਹੋਵੇ ਜਾਂ ਜੋ ਸਾਡੇ ਓਲਡ ਏਜਡ ਨਾਗਰਿਕ ਨੇ ਉਹਨਾਂ ਨੂੰ ਪੈਨਸ਼ਨ ਦੀ ਗੱਲ ਹੋਏ, ਵਿਦਿਆਰਥੀਆਂ ਨੂੰ ਕਿਤਾਬਾਂ ਕਾਪੀਆਂ ਔਰ ਉਹਦੇ ਨਾਲ ਯੂਨੀਫਾਰਮਸ ਦੇਣ ਦੀ ਗੱਲ ਹੋਏ ਜਾਂ ਬਾਰਾਦਰੀ ਦੇ ਅੰਦਰ ਇੱਕ ਬਹੁਤ ਬਿਹਤਰੀਨ ਚਿਲਡਰਨ ਪਾਰਕ ਅਤੇ ਉਹਦੇ ਨਾਲ 3 ਹੋਰ ਪਾਰਕ ਜਿਹੜੇ ਮੇਨਟੇਨ ਕਰਨ ਦੀ ਗੱਲ ਹੋਏ। ਜਨਹਿਤ ਸਮਿਤੀ ਨੇ ਇਹ ਤਮਾਮ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਨੂੰ ਆਪਣੇ ਹੱਥ ਵਿੱਚ ਲਿੱਤਾ ਹੋਇਆ ਔਰ ਸ਼ਾਨਦਾਰ ਤਰੀਕੇ ਦੇ ਨਾਲ ਅੱਜ ਇਸ ਕੈਂਪ ਨੂੰ ਵੀ ਔਰਗੇਨਾਈਜ਼ ਕੀਤਾ। ਚੜ੍ਹਦੀ ਕਲਾ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸੰਸਥਾ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਰੋਪਿਓ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਿੰਘ ਹੈ ਜੀ, ਸਾਡੀ ਵੈਲਫੇਅਰ ਸੁਸਾਇਟੀ ਦਾ ਨਾਮ ਚੜ੍ਹਦੀ ਕਲਾ ਵੈਲਫੇਅਰ ਸੁਸਾਇਟੀ ਆ। ਸਾਡੀ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮੋਕਮਪੁਰਾ ਵਿਖੇ
ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਅਸੀਂ ਆਈ ਹੋਈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਇੱਥੇ ਵੱਧ ਤੋਂ ਵੱਧ ਮਾਤਰਾ ਵਿੱਚ ਹਾਜ਼ਰੀ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅੰਮ੍ਰਿਤਸਰ ਦੇ ਸਥਾਨਕ ਵੇਰਕਾ ਬਾਈਪਾਸ ਫਾਟਕ ਦੇ ਨੇੜੇ ਬਾਲਮੀਕਿ ਸੰਘਰਸ਼ ਦਲ ਸਾਂਝਾ ਜ਼ੋਨ ਯੂਥ ਵਿੰਗ ਦੇ ਪ੍ਰਧਾਨ ਕਸ਼ਮੀਰ ਸਿੰਘ ਕੋਟਲੀ ਅਤੇ ਸੰਜੀਵ ਸਿੰਘ ਵੇਰਕਾ ਦੀ ਅਗਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੇਵਲ ਕ੍ਰਿਸ਼ਨ ਨੂੰ ਨਿਯੁਕਤੀ ਪੱਤਰ ਦੇ ਕੇ ਭਗਵਾਨ ਬਾਲਮੀਕਿ ਸੰਘਰਸ਼ ਦਲ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ। ਮੈਂ ਹਰਦੀਪ ਸਿੰਘ ਭੰਗਾਲੀ, ਚੇਅਰਮੈਨ ਭਗਵਾਨ ਬਾਲਮੀਕਿ ਸੰਘਰਸ਼ ਦਲ, ਅੱਜ ਹਲਕਾ ਪੂਰਬੀ ਦੇ ਕਸਬਾ ਵੇਰਕਾ ਵਿਖੇ ਭਗਵਾਨ ਵਾਲਮੀ ਸੰਘਰਸ਼ ਦਲ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਵੇਰਕਾ ਔਰ ਮੇਰਾ ਵੀਰ ਕਸ਼ਮੀਰ ਸਿੰਘ ਜੀ ਟੋਨਾ ਜੀ ਦੀ ਅਗਵਾਈ ਹੇਠ ਇਹ ਭਰਵਾਂ ਇਕੱਠ ਕੀਤਾ ਗਿਆ ਹੈ। ਅਸੀਂ ਜਥੇਬੰਦੀ ਵੱਲੋਂ ਸ਼੍ਰੀ ਕੇਵਲ ਕ੍ਰਿਸ਼ਨ ਜੀ ਨੂੰ ਪੰਜਾਬ ਵਾਈਸ ਚੇਅਰਮੈਨ ਨਿਯੁਕਤ ਕਰਕੇ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਉਹ ਜਥੇਬੰਦੀ ਪ੍ਰਤੀ ਸਮਾਜ ਪ੍ਰਤੀ ਵਧੀਆ ਸੇਵਾਵਾਂ ਨਿਭਾਉਣਗੇ। For all updated news, please subscribe Ava News and ring the bell.